ਸਤਿ ਸ੍ਰੀ ਅਕਾਲ ਜੀ ਤੇ ਮੈਂ ਹਾਂ 사ਜਨ ਗੁਗਲਾਨੀ ਤੇ ਸਰਹਦ ਕੇਸਰੀ ਤੇ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰਾਂ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਫਾਜ਼ਿਲਕਾ ਦੇ ਵਿੱਚ ਅੱਜ ਗਣੇਸ਼ ਮਹੋਤਸਵ ਅਲੱਗ-ਅਲੱਗ ਥਾਵਾਂ ਦੇ ਮਨਾਏ ਜਾ ਰਹੇ ਨੇ ਇਸ ਨੂੰ ਲੈ ਕੇ ਫਾਜ਼ਿਲਕਾ ਦੇ ਗਾਂਧੀ ਨਗਰ ਦੇ ਵਿੱਚ ਪੰਕਜ ਨਾਰੰਗ ਵਾਲੀ ਗਲੀ ਦੇ ਵਿੱਚ ਵੀ ਗਣਪਤੀ ਬਾਬਾ ਜੀ ਨੂੰ ਅੱਜ ਲੈ ਕੇ ਆਇਆ ਗਿਆ ਸਿੱਧੀ ਵਿਨਾਇਕ ਵੈਲਫੇਅਰ ਸੁਸਾਇਟੀ ਦੇ ਵੱਲੋਂ ਜਿਹੜਾ ਕਿ ਅੱਜ ਗਣਪਤੀ ਬਾਬਾ ਨੂੰ ਰਾਮ ਮੰਦਰ ਤੋਂ ਜਿਹੜਾ ਕੀ ਲੈ ਕੇ ਪੰਕਜ ਨਾਰੰਗ ਵਾਲੀ ਗਲੀ ਦੇ ਵਿੱਚ ਲੈ ਕੇ ਆਇਆ ਗਿਆ ਅਤੇ ਸਾਡੇ ਪੱਤਰਕਰ ਸੰਦੀਪ ਚਲਾਣਾ ਦੇ ਵੱਲੋਂ ਅੱਜ ਵਿਸ਼ੇਸ਼ ਕਵਰੇਜ ਜਿਹੜੀ ਕੀਤੀ ਗਈ ਉਹ ਤੁਹਾਡੇ ਲੈ ਕੇ ਰੂਬਰੂ ਹੋਏ ਆ ਵੇਖ ਸਕਦੇ ਹੋ ਕਿਸ ਤਰ੍ਹਾਂ ਡਰੋਨ ਦੇ ذریعے ਜਿਹੜੀ ਗਣਪਤੀ ਜੀ ਦੀ ਅੱਜ ਸਵਾਰੀ ਅ ਸ਼੍ਰੀ ਰਾਮ ਮੰਦਰ ਤੋਂ ਸ਼ੁਰੂਆਤ ਹੋ ਕੇ ਪੰਕਜ ਨਾਰੰਗ ਵਾਲੀ ਗਲੀ ਦੇ ਵਿੱਚ ਪਹੁੰਚੀ ਹੈ ਕਿਸ ਤਰ੍ਹਾਂ ਫਾਜ਼ਿਲਕਾ ਦੇ ਲੋਕਾਂ ਦੇ ਵੱਲੋਂ ਵਕ ਵਕ ਥਾਵਾਂ ਤੇ ਗੱਲ ਕੀਤੀ ਜਾਬਦਾ ਫੁੱਲਾਂ ਦੀ ਵਰਖਾ ਹੈ ਜਿੱਥੇ ਕੀਤੀ ਹੈ ਉੱਥੇ ਗਣਪਤੀ ਬਾਬਾ ਜੀ ਨੂੰ ਲੱਡੂਆਂ ਦਾ ਅਤੇ ਮੋਦਕ ਦਾ ਭੋਗ ਵੀ ਲਗਾਇਆ ਗਿਆ ਅੱਜ ਪੂਰੇ ਫਾਜ਼ਿਲਕਾ ਦੀ ਗੱਲ ਕੀਤੀ ਜਾਉ ਤੇ ਫਾਜ਼ਿਲਕਾ ਗਣੇਸ਼ ਮਹੋਤਸਬ ਦੇ ਰੰਗ ਦੇ ਵਿੱਚ ਪੂਰੀ ਤਰ੍ਹਾਂ ਰੰਗਿਆ ਗਿਆ ਅੱਜ ਦੇ ਇਸ ਜਿਹੜੀ ਯਾਤਰਾ ਸੀ ਸ਼ੋਭਾ ਯਾਤਰਾ ਦੇ ਦੌਰਾਨ ਦੇਖਣਯੋਗ ਸੀ ਜੋ ਅੱਜ ਸਰਦਾਰਾਂ ਸਰਦਾਰਾਂ ਦੇ ਪਤਿ ਪਾਪਾ ਖੁਸ਼ੀ ਜ਼ਾਹਿਰ ਕੀ ਆਦੇ ਜਕਾਰੇ ਸੁਣਾਈ ਦਿੱਤੇ ਵੇਖ ਸਕਦੇ ਹੋ ਤਸਵੀਰਾਂ ਮਹਾ ਕਵਰੇਜ ਸਰਹੱਦ ਕੇਸਰੀ ਦੇ ਵੱਲੋਂ ਅੱਜ ਕੀਤੀ ਗਈ ਜੋ ਸਿੱਧੀ ਵਿਨਾਇਕ ਵੈਲਫੇਅਰ ਸੁਸਾਇਟੀ ਪੰਕਜ ਨਾਰੰਗ ਦੀ ਗਲੀ ਦੇ ਵਿੱਚ ਜਿਹੜੀ ਸੁਸਾਇਟੀ ਬਣਾਈ ਗਈ ਹੈ ਤੇ ਕਿਸ ਤਰ੍ਹਾਂ ਪੀਲੇ ਵਸਤਰ ਪਾ ਕੇ ਗਣਪਤੀ ਪਾਪਾ ਦੀ ਜਿਹੜੀ ਪਾਲਕੀ ਉਸ ਨੂੰ ਲੈ ਕੇ ਸਾਰੇ ਸ਼ਰਧਾਲੂਆਂ ਦੇ ਵੱਲੋਂ ਪੂਰੇ ਬਾਜ਼ਾਰ ਦੇ ਵਿੱਚ ਸ਼ੁਭਾ ਯਾਤਰਾ ਕੱਢੀ ਗਈ ਤੇ ਵਕਫ ਵਕ ਥਾਵਾਂ ਤੇ ਸਵਾਗਤ ਵੀ ਕੀਤਾ ਗਿਆ ਗਣਪਤੀ ਪਾਪਾ ਦਾ ਗਣਪਤੀ ਬਾਬਾ ਤੇ ਫੁੱਲਾਂ ਦੀ ਵਰਖਾ ਜਿੱਥੇ ਹੋਈ ਉੱਥੇ ਸ਼ਰਧਾਲੂ ਪਾਲਕੀ ਦੇ ਅੱਗੇ ਜਿਹੜਾ ਕੀ ਹੈ ਨੱਚ ਟੱਪ ਕੇ ਆਪਣੀ ਖੁਸ਼ੀ ਵੀ ਜ਼ਾਹਿਰ ਕਰ ਰਹੇ ਸੀ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਸਰਹੱਦ ਕੇਸਰੀ ਦੇ ਫੇਸਬੁੱਕ ਪੇਜ ਤੋਂ ਕਿਸ ਤਰ੍ਹਾਂ ਜਿਹੜਾ ਕੀ ਅੱਜ ਗਣਪਤੀ ਬਾਬਾ ਜੀ ਦਾ ਸਵਾਗਤ ਕੀਤਾ ਗਿਆ ਤੇ ਸਾਡੇ ਪੱਤਰਕਾਰ ਸੰਦੀਪ ਚਲਾਣਾ ਦੇ ਵੱਲੋਂ ਜਿਹੜੀ ਅੱਜ ਵਿਸ਼ੇਸ਼ ਕਵਰੇਜ ਹੈ ਮਹਾ ਕਵਰੇਜ ਜੋ ਅੱਜ ਕੀਤੀ ਗਈ ਹੈ ਰਾਮ ਮੰਦਰ ਤੋਂ ਲੈ ਕੇ ਪੂਰੇ ਬਾਜ਼ਾਰ ਦੇ ਵਿੱਚ ਹੁੰਦੇ ਹੋਏ ਪੰਕਜ ਨਾਰੰਗ ਵਾਲੀ ਗਲੀ ਦੇ ਵਿੱਚ ਗੰਦੀ ਚੌਂਕ ਗੰਦੀ ਮੱਲੇ ਦੇ ਵਿੱਚ ਜਿਹੜਾ ਕੀ ਹੈ ਗਣਪਤੀ ਪਾਪਾ ਜੀ ਨੂੰ ਵਿਰਾਜਮਣ ਕੀਤਾ ਗਿਆ ਅੱਜ ਤੋਂ ਲੈ ਕੇ ਜਿਹੜਾ ਕੀ ਹੈ 6 ਦਿਨਾਂ ਤੱਕ ਜਿਹੜਾ ਕੀ ਹੈ ਗਣਪਤੀ ਪਾਪਾ ਜੀ ਦਾ ਪੂਜਾ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਉੱਥੇ ਹੀ ਗਣਪਤੀ ਮਹਾਰਾਜ ਜੀ ਨੂੰ ਦਾਜੜਾਏ ਵਿਸਰਜਨ ਕਰ ਦਿੱਤਾ ਜਾਵੇਗਾ ਤਾਂ ਅੱਜ ਦੀ ਮਹਾ ਕਵਰੇਜ ਲੈ ਕੇ ਤੁਹਾਡੇ ਰੂਬਰੂ ਆਏ ਹਾਂ ਜੋ ਸਾਡੇ ਪੱਤਰਕਾਰ ਸੰਦੀਪ ਚਲਾਣਾ ਜੀ ਦੇ ਵੱਲੋਂ ਕੀਤੀ ਗਈ ਹੈ ਔਰ ਇਹ ਪਾਲਕੀ ਇੰਨੀ ਸੁੰਦਰ ਸੀਗੀ ਇਹ ਯਾਤਰਾ ਇੰਨੀ ਸੁੰਦਰ ਸੀਗੀ ਕਿ ਜਿਹੜੀ ਵੇਖਣਯੋਗ ਸੀ ਔਰ ਲੋਕ ਜਿਹੜੇ ਨੇ ਰਾਹੀਰ ਸੀਗੇ ਉਹ ਵੀ ਰੁੱਕ ਰੁੱਕ ਕੇ ਬਾਬਾ ਜੀ ਨੂੰ ਨਮਸਕਾਰ ਕਰਦੇ ਹੋਏ